ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣ ਪਹੁੰਚ ਚੁੱਕੇ ਨੇ ਨਿਊਯਾਰਕ ਅਤੇ ਹਿਲਟਨ ਦੇ ਲੋਕਾਂ ਦੇ ਮੁਖਾਤਿਬ ਹੋਣਗੇ। ਨਿਊਯਾਰਕ ਏਅਰਪੋਰਟ 'ਤੇ ਪਹੁੰਚਦੇ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਲੀਡਰਸ਼ਿਪ ਨੇ ਭਰਵਾਂ ਹੁੰਗਾਰਾ ਮਿਲਣ ਦੀ ਗੱਲ ਕਹੀ। ਤੁਸੀਂ ਵੀ ਸੁਣੋ। ਚੋਣਾਂ ਦਾ ਸਮਾਂ ਅਤੇ ਪੰਜਾਬ ਦੀ ਸਿਆਸਤ 'ਚ ਤਾਂ ਹਲਚਲ ਮਚੀ ਹੀ ਹੋਈ ਹੈ, ਪਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਇਹ ਹਲਚਲ ਵਿਦੇਸ਼ਾਂ ਤੱਕ ਜਾ ਪਹੁੰਚੀ ਹੈ। ਆਪ ਪਾਰਟੀ, ਅਕਾਲੀ ਦਲ ਤੇ ਹੁਣ ਕਾਂਗਰਸ ਪਾਰਟੀ ਲਗਾਤਾਰ ਚੱਕਰ ਕੱਟ ਰਹੀਆਂ ਨੇ ਵਿਦੇਸ਼ਾਂ ਦੇ, ਤਾਂ ਕਿ ਪ੍ਰਵਾਸੀ ਭਾਰਤੀ ਇਹਨਾਂ ਪਾਰਟੀਆਂ ਦੇ ਲਾਰਿਆਂ ਚ ਆ ਕੇ ਵਿਧਾਨ ਸਭਾ ਚੋਣਾਂ ਚ ਆਪਣਾ ਪੂਰਾ ਪੂਰਾ ਯੋਗਦਾਨ ਜ਼ਰੂਰ ਦੇਣ। ਖੈਰ ਜੋ ਵੀ ਹੈ, ਵਿਰੋਧ ਦਾ ਸਾਹਮਣਾ ਤਾਂ ਵਿਦੇਸ਼ਾਂ ਚ ਗਈ ਹਰ ਪਾਰਟੀ ਨੂੰ ਚੱਲਣਾ ਪਿਆ। ਪਹਿਲਾਂ ਅਕਾਲੀ ਦਲ, ਫਿਰ ਆਪ ਪਾਰਟੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਦਾ ਬੇ ਏਰੀਏ 'ਚ ਸਮਾਗਮ ਸ਼ਾਂਤੀਪੂਰਵਕ ਨਿਬੜਨ ਤੋਂ ਬਾਅਦ ਆਪਣਾ ਆਖਰੀ ਪ੍ਰੋਗਰਾਮ ਨਿਊਯਾਰਕ ਦੇ ਹਿਲਟਨ 'ਚ ਕਰਨ ਲਈ ਪਹੁੰਚ ਚੁੱਕੇ ਨੇ, ਜਿਸ ਲਈ ਕਾਂਗਰਸ ਪਾਰਟੀ ਪੱਬਾਂ ਭਾਰ ਦਿਖਾਈ ਦੇ ਰਹੀ ਹੈ। ਪਹਿਲੀ ਗੱਲ ਤਾਂ ਮੈਂ ਅੱਜ ਇਹ ਤਾਂ ਗੱਲਾਂ ਆਪਾਂ ਅੱਗੇ ਕਰ ਲਾਂਗੇ, ਹੁਣ ਇਹ ਜਲਦੀ 'ਚ ਨੇ ਸਾਨੂੰ ਲਿਜਾਣ ਲਈ ਇੰਨਾ ਕਰ ਰਿਹਾ ਕਿ ਅਮੈਰੀਕਾ ਦਾ ਸਾਡਾ ਜਿਹੜਾ ਦੌਰਾ ਰਿਹਾ ਵਧੀਆ ਰਿਹਾ, ਬੜੀ ਖੁਸ਼ੀ ਨਾਲ ਸਾਰੇ ਮਿਲੇ, ਬੜਾ ਪਿਆਰ ਮਿਲਿਆ, ਔਰ ਇਹੀ ਨਿਊਯਾਰਕ ਦੇ ਵਿੱਚ ਤੁਸੀਂ ਆਪ ਹੀ ਦੇਖ ਰਹੇ ਹੋ। ਕੱਲ੍ਹ ਬਾਕੀ ਗੱਲਾਂ ਆਪਾਂ ਲੰਬੀਆਂ ਕੱਲ੍ਹ ਨੂੰ ਕਰ ਲਾਂਗੇ ਫਿਰ। ਜੀ ਹੁਣੇ ਜੀ ਐਨਆਰ ਨਿਊਯਾਰਕ ਏਅਰਪੋਰਟ 'ਤੇ ਉਤਰੇ ਹਾਂ। ਆਹ ਦੇਖੋ ਹਜ਼ਾਰਾਂ ਦਾ ਇਕੱਠ, ਮਹਾਰਾਜ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੈਲਕਮ ਕਰਨ ਲਈ ਸਾਰੇ ਪੰਜਾਬੀ ਭਰਾ ਸਾਡੇ ਇੱਥੇ ਪਹੁੰਚੇ ਨੇ। ਬਹੁਤ ਉਤਸ਼ਾਹ ਹੈਗਾ, ਲੋਕ ਬਹੁਤ ਖੁਸ਼ ਨੇ, ਲੋਕ ਸੁਣਨਾ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ। ਪੰਜਾਬ ਦੇ ਬਹੁਤ ਬੁਰੀ ਹਾਲਾਤ ਹੈ ਇਸ ਵੇਲੇ, ਇੰਨਾ ਮਾੜਾ ਹਾਲ ਹੈ ਜਿਹਦਾ ਬਿਆਨ ਨਹੀਂ ਕਰ ਸਕਦੇ। ਮਹਾਰਾਜ ਸਾਹਿਬ ਸਾਰਿਆਂ ਨਾਲ ਆਪ 7 ਤਰੀਕ ਨੂੰ ਸ਼ਾਮ ਨੂੰ 7 ਵਜੇ ਹਿਲਟਨ ਹੋਟਲ ਕਨਵੈਨਸ਼ਨ ਹਾਲ ਦੇ ਵਿੱਚ ਗੱਲਬਾਤ ਕਰਨਗੇ। ਪਰ ਇਸ ਵੇਲੇ ਪੰਜਾਬ ਮਹਾਰਾਜ ਸਾਹਿਬ ਇਸ ਕਰਕੇ ਆਇਆ ਕਿ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਮਿਲਣਾ ਚਾਹੁੰਦੇ ਆ, ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਆ, ਔਰ ਉਹਨਾਂ ਨੂੰ ਸੁਣਨਾ ਚਾਹੁੰਦੇ ਆ ਕਿ ਤੁਸੀਂ ਦੱਸੋ ਤੁਹਾਡੇ ਕੀ ਸੁਝਾਅ ਨੇ, ਤਾਂ ਕਿ 2017 ਦੇ ਵਿੱਚ ਤੁਹਾਡਾ ਬਹੁਤ ਵਧੀਆ ਸਾਰੇ NRI ਪ੍ਰਵਾਸੀ ਭਰਾਵਾਂ ਦਾ, ਭੈਣਾਂ ਦਾ ਰੋਲ ਸਾਡੇ ਨਾਲ ਅਸੀਂ ਲੈ ਕੇ ਚੱਲਣਾ ਚਾਹੁੰਦੇ, ਉਹਨਾਂ ਦਾ ਅਸੀਂ ਸਹਿਯੋਗ ਮੰਗਦੇ ਹਾਂ ਉਹਦੇ ਨਾਲ, ਤਾਂ ਕਿ 2017 ਵਿੱਚ ਪੰਜਾਬ ਦੀ ਸਰਕਾਰ ਆ ਸਕੇ। ਜੇ ਇਹ 5 ਸਾਲ ਆਪਾਂ ਮਿਸ ਕਰ ਗਏ ਫਿਰ ਤਾਂ ਪੰਜਾਬ ਆਪਣੇ ਹੱਥੋਂ ਚਲਿਆ ਗਿਆ। ਇਸ ਵੇਲੇ ਨਸ਼ਿਆਂ ਦਾ, ਤੁਹਾਨੂੰ ਪਤਾ ਕਿਸਾਨੀ ਦਾ, ਜਿਹੜੇ ਵੀ ਮੁੱਦੇ ਆ, ਪੰਜਾਬ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਖੁਦ ਇੱਥੇ ਪਹੁੰਚੇ ਨੇ ਅਮੈਰੀਕਾ ਦੇ ਵਿੱਚ, ਜਿਹੜੇ ਕਿ ਆਪਣੇ ਭੈਣ ਭਰਾਵਾਂ ਨੂੰ ਮਿਲ ਕੇ ਅਸੀਂ ਬਾਕੀ ਸ਼ਿਕਾਗੋ ਤੋਂ ਸ਼ੁਰੂ ਕੀਤਾ ਸੀ, ਹੁਣ ਸਾਡਾ ਲਾਸਟ ਜਿਹੜਾ ਹੈਗਾ ਕਾਨਫਰੰਸ ਉਹ ਨਿਊਯਾਰਕ ਦੇ ਵਿੱਚ ਆ। ਬਾਕੀ ਸਾਰਾ ਪ੍ਰੋਗਰਾਮ ਸਾਡੇ ਲੀਡਰਾਂ ਨੇ ਦੱਸ ਹੀ ਦਿੱਤਾ, ਕਿੱਥੇ ਕਿੱਥੇ ਆਪਾਂ ਅਸੀਂ ਬੇਨਤੀ ਕਰ ਰਹੇ ਹਾਂ ਸਾਰੇ ਨਿਊਯਾਰਕ ਵਾਸੀਆਂ ਨੂੰ ਅਤੇ ਬਾਕੀ ਨੇੜੇ ਸਟੇਟਾਂ ਨੂੰ, ਅਗੇਨ 7 ਤਰੀਕ ਨੂੰ ਵਿਲੇਜ ਪਹੁੰਚੋ ਸਾਰੇ ਜਣੇ, ਆਪਾਂ ਆਪਦੇ ਵਿਚਾਰ ਦੇਖੀਏ ਪੰਜਾਬ ਨੂੰ ਕਿਵੇਂ ਬਚਾ ਸਕਦੇ ਹਾਂ, ਕਿਵੇਂ ਇਕੱਠੇ ਹੋ ਕੇ ਇਕੱਠ ਦਿਖਾਵਾਂਗੇ ਅਤੇ ਲੀਡਰਾਂ ਨੂੰ ਹੌਸਲਾ ਮਿਲੂਗਾ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਹੌਸਲਾ ਹੋਊਗਾ ਵੀ ਬਾਹਰਲੇ ਭਰਾ ਸਾਡੇ ਕੋਈ ਦਰਦ ਦੇ ਵਿੱਚ ਸ਼ਾਮਿਲ ਹੋਏ ਹੈਗੇ। ਪਲੀਜ਼ ਸਾਰੇ ਜਣੇ ਪਹੁੰਚੋ, ਥੈਂਕ ਯੂ। ਉਧਰ ਕੈਪਟਨ ਦੇ ਨਾਲ ਅਮਰੀਕਾ ਦੌਰੇ 'ਤੇ ਗਈ ਲੀਡਰਸ਼ਿਪ ਬੇਸ਼ੱਕ ਅਮਰੀਕਾ ਦੌਰੇ ਨੂੰ ਸਫਲ ਦੱਸ ਰਹੀ ਹੈ, ਪਰ ਨਾਲ ਹੀ ਉਹਨਾਂ ਕੈਪਟਨ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਨੂੰ ਸ਼ਰਾਰਤੀ ਅਨਸਰ ਦੱਸਿਆ। ਕਿ ਜਿਨ੍ਹਾਂ ਨੇ ਵਿਰੋਧ ਕੀਤਾ ਤੁਹਾਨੂੰ ਪਿਛਲੇ 2 ਦਿਨ ਦੇ ਵਿੱਚ ਜਿੰਨੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਲੋਕਾਂ ਨੇ ਉਹਨਾਂ ਨੂੰ ਯਾਨੀ ਬੁਰਾ ਭਲਾ ਕਿਹਾ, ਔਰ ਜੋ ਉਹਨਾਂ ਦੇ ਬਾਰੇ ਅੰਗੇਜ਼ਡ ਲੋਕ ਬੋਲੇ ਨੇ, ਉਹਨਾਂ ਨੂੰ ਮੈਨੂੰ ਲੱਗਦਾ ਆਪਾਂ ਨੂੰ ਬੋਲਣ ਦੀ ਲੋੜ ਨਹੀਂ। ਉਹਨਾਂ ਨੂੰ ਲੋਕਾਂ ਨੇ ਚਿਹਰਾ ਦਿਖਾਤਾ ਉਹਨਾਂ ਦਾ, ਕਿਉਂਕਿ ਜਿਹੜਾ ਉਹਨਾਂ ਦਾ ਚਿਹਰਾ ਸੀ ਨਾ ਅਸਲੀ ਉਹ ਨੰਗਾ ਹੋ ਗਿਆ ਲੋਕਾਂ ਸਾਹਮਣੇ ਵੀ ਇਹ ਲੋਕ ਦੇਖੋ ਤੁਸੀਂ, ਅਸੀਂ ਕਹਿੰਦੇ ਅਸੀਂ ਇਹਨਾਂ ਨਾਲ ਗੱਲ ਕੀਤੀ ਆ, ਖੁਦ ਸਾਡੇ ਬੰਦੇ ਆ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਆ ਕੇ ਕੁਐਸਚਨ ਕਰੋ, ਕੋਈ ਵੀ ਤੁਹਾਨੂੰ ਸਵਾਲ ਜਵਾਬ ਅਸੀਂ ਉਹਨਾਂ ਦੀ ਗੱਲ ਕਰਾਵਾਂਗੇ। ਪਰ ਇਹ ਕੋਈ ਸਿਸਟਮ ਨਹੀਂ ਹੈ, ਇਹਦੇ ਨਾਲ ਆਪਾਂ ਪੰਜਾਬੀ ਕਮਿਊਨਿਟੀ ਨੂੰ ਔਰ ਸਿੱਖ ਖਾਸ ਕਰਕੇ ਆਪਾਂ ਸਿੱਖੀ ਨੂੰ ਆਪਾਂ ਬਦਨਾਮ ਕਰ ਰਹੇ ਹਾਂ ਇਸ ਕੰਟਰੀ ਦੇ ਵਿੱਚ, ਨਾ ਕਿ ਆਪਾਂ ਇਹਦਾ ਕੋਈ ਆਪਾਂ ਪ੍ਰਫੁੱਲਤ ਕਰ ਰਹੇ ਹਾਂ। ਸਾਨੂੰ ਚਾਹੀਦੇ ਏਕੇ ਦੀ ਲੋੜ ਆ, ਜੇ ਕੋਈ ਵੀ ਗੱਲ ਆ ਡਾਇਲੋਗ ਕਰਨ ਅਸੀਂ ਕਰਾਵਾਂਗੇ। ਨਿਊਯਾਰਕ ਦੇ ਵਿੱਚ ਵੀ ਅਸੀਂ ਵੈਲਕਮ ਕਰਦੇ ਹਾਂ ਵੀ ਆਉਣ, ਅਸੀਂ ਡਾਇਲੋਗ ਕਰਾਵਾਂਗੇ, ਪਰ ਇਹ ਜਿਹੜੇ ਕੰਮ ਕਰਨੀਆਂ ਹੋਸ਼ੀਆਂ ਹਰਕਤਾਂ ਇਹ ਨਹੀਂ ਕਰਨੀਆਂ ਚਾਹੀਦੀਆਂ। ਬਹੁਤ ਚੜ੍ਹਦੇ ਕਲਾ ਤੁਸੀਂ ਵੇਖਿਆ ਹੁਣ ਏਅਰਪੋਰਟ 'ਤੇ, ਇੱਕ ਤਰ੍ਹਾਂ ਦਾ ਕਿੰਨਾ ਐਡਾ ਵੱਡਾ ਇਕੱਠ ਸ਼ਾਇਦ ਕਿਸੇ ਲੀਡਰ ਲਈ ਘੱਟ ਹੀ ਹੋਇਆ ਹੋਊਗਾ।
ਸੋ ਸਾਨੂੰ ਬੜੀ ਐਕਸਾਈਟਮੈਂਟ ਹੈ। ਸਾਡੇ ਮੈਂਬਰ ਦਿਨ ਰਾਤ ਕੰਮ ਕਰ ਰਹੇ ਨੇ ਪਿਛਲੇ ਹਫ਼ਤੇ ਤੋਂ, ਪੂਰਾ ਟਾਈਟ ਸਿਕਿਉਰਿਟੀ ਦਾ ਇੰਤਜ਼ਾਮ ਹੈ। ਮੇਰੀ ਸਾਰੇ ਤੁਹਾਡੇ ਗਲੋਬਲ ਪੰਜਾਬ ਦੇ ਵੀਅਰਸ ਨੂੰ ਇਹ ਬੇਨਤੀ ਹੈ ਵੀ ਪਲੀਜ਼ ਆਪਣੇ ਪਰਿਵਾਰ ਸਮੇਤ ਆਓ, ਬੀਵੀ ਬੱਚੇ ਲੈ ਕੇ ਆਓ, ਪੰਜਾਬ ਦਾ ਭਵਿੱਖ ਕਿਵੇਂ ਉਹਨਾਂ ਨੇ ਠੀਕ ਕਰਨਾ ਉਹਨੂੰ ਸੁਣਨ ਦੇ ਲਈ। ਔਰ ਕੋਈ ਡਰ ਨਹੀਂ, ਕੋਈ ਚੱਕਰ ਨਹੀਂ, ਉਹ ਵੀ ਜਿਹੜੇ ਗਰਮ ਖਿਆਲੀ ਬੰਦੇ ਨੇ ਉਹ ਵੀ ਆਪਣੇ ਭਰਾ ਹੀ ਨੇ, ਕੋਈ ਨਹੀਂ, ਥੋੜ੍ਹਾ ਜਿਹਾ ਮਤਭੇਦ ਹੈ। ਅਤੇ ਕੈਪਟਨ ਸਾਹਿਬ ਤਾਂ ਸਾਰਿਆਂ ਨੂੰ ਸੈਟਿਸਫਾਈ ਕਰਦੇ ਨੇ, ਉਹ ਤਾਂ ਹੀ ਇਜ਼ ਸਨ ਆਫ ਸੋਇਲ, ਸਨ ਆਫ ਪੰਜਾਬ। ਪੰਜਾਬ ਦਾ ਸ਼ੇਰ ਨੇ ਪੈਰ ਰੱਖਿਆ ਹੈ ਨਿਊਯਾਰਕ ਦੀ ਧਰਤੀ ਦੇ ਉੱਤੇ, ਅਤੇ ਆਈ ਥਿੰਕ ਇਹਦੇ ਆਉਣ ਨਾਲ ਥੋੜ੍ਹੀ ਜਿਹੀ ਦਹਾੜ ਤਾਂ ਪਏਗੀ, ਪਰ ਇਹ ਹੈ ਕਿ ਜਿਹੜਾ ਹਿਲਟਨ ਦੇ ਵਿੱਚ ਫੰਕਸ਼ਨ ਹੋਏਗਾ ਉੱਥੇ 2000 ਬੰਦਾ ਡੈਫੀਨੇਟਲੀ ਪਹੁੰਚੇਗਾ, ਅਤੇ ਅਸੀਂ ਚਾਹਵਾਂਗੇ ਕਿ ਹੋਰ ਵੀ ਅਗਰ ਲੋਕ ਪਹੁੰਚਣਗੇ ਤਾਂ ਅਸੀਂ ਉਹਨਾਂ ਨੂੰ ਵੀ ਉੱਥੇ ਐਡਜਸਟ ਕੀਤਾ ਜਾਏਗਾ। ਥੈਂਕ ਯੂ। ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਕੈਪਟਨ ਅਮਰਿੰਦਰ ਸਿੰਘ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਦਾ ਸਾਰੇ ਲੋਕ ਸਤਿਕਾਰ ਕਰਦੇ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਆਪਣੇ 2002 ਤੋਂ 2007 ਦੇ ਦੌਰਾਨ ਜੋ ਇਤਿਹਾਸ ਨੂੰ ਸਾਂਭਿਆ, ਜੋ ਕਿਸਾਨਾਂ ਦੇ ਲਈ ਫੈਸਲੇ ਲਏ, ਜੋ ਆਮ ਲੋਕਾਂ ਦੇ ਲਈ ਫੈਸਲੇ ਲਏ, ਇਸ ਕਰਕੇ ਲੋਕ ਉਸ ਨੂੰ ਯਾਦ ਕਰਦੇ ਨੇ। ਅੱਜ ਅਕਾਲੀ ਬੀਜੇਪੀ ਗੌਰਮੈਂਟ ਦੇ ਵਿੱਚ ਅੱਜ ਪੰਜਾਬ ਦਾ ਕਿਸਾਨ, ਵਪਾਰੀ, ਕਾਰਖਾਨੇਦਾਰ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ, ਯੂਥ, ਸਾਰੇ ਵਰਗਾਂ ਦੇ ਲੋਕ ਉਹਨਾਂ ਦੀ ਧੱਕੇਸ਼ਾਹੀ ਦੀ ਚੱਕੀ 'ਚ ਪਿਸ ਰਹੇ ਨੇ। ਇਸ ਕਰਕੇ ਲੋਕ ਚਾਹੁੰਦੇ ਨੇ ਕਿ ਉਹਨਾਂ ਤੋਂ ਪੰਜਾਬ ਨੂੰ ਬਚਾਇਆ ਜਾਏ। ਮੈਂ ਸਮਝਦਾ ਜਿਹੜੇ ਸਾਡੇ NRI ਭਰਾ ਨੇ ਇਹ ਸਾਡੇ ਨਾਲੋਂ ਵੱਧ ਸੂਝਬੂਝ ਰੱਖਦੇ ਨੇ। ਅੱਜ ਦੇਖੋ ਇਹਨਾਂ ਦੇ ਚਿਹਰਿਆਂ 'ਤੇ ਖੁਸ਼ੀਆਂ ਦੱਸਦੀਆਂ ਨੇ ਕਿ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਆਮਦ 'ਤੇ ਕਿਸ ਤਰ੍ਹਾਂ ਉਹਨਾਂ ਨੂੰ ਪਿਆਰ ਸਤਿਕਾਰ ਦੇ ਰਹੇ ਨੇ, ਗਲਵੱਕੜੀਆਂ ਪਾ ਰਹੇ ਨੇ। ਇਸ ਤੋਂ ਪਤਾ ਲੱਗਦਾ ਜਿਹੜੀ ਉਹ ਸ਼ਖਸੀਅਤ ਦਾ ਸਤਿਕਾਰ ਹੋ ਰਿਹਾ। ਅਬ ਜਿਹੜਾ ਸਾਡਾ ਪਹਿਲਾਂ ਅਸੀਂ ਪੰਜਾਬ, ਸਾਡਾ ਪੰਜਾਬ ਹੀ ਬਣਿਆ ਰਹੇ ਨਾ ਕਿ ਇਹਨੂੰ ਕੈਲੀਫੋਰਨੀਆ ਬਣਾਉਣਾ ਚਾਹੁੰਦੇ ਹਾਂ। ਇਹ ਮੁੱਦਾ ਲੈ ਕੇ ਜਿਹੜੇ ਸਾਡੇ ਪੰਜਾਬ ਦੇ ਪ੍ਰਭਾਵੀ ਮੁੱਖ ਮੰਤਰੀ ਨੇ, ਸੰਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਜਿਨ੍ਹਾਂ 'ਤੇ ਪੂਰੇ ਪੰਜਾਬ ਜਿਹੜਾ ਉਹਨਾਂ ਦਾ ਪੂਰਾ ਮਾਣ ਕਰਦਾ, ਅਤੇ ਮੈਂ ਸਮਝਦਾ ਕਿ ਇਸ ਤੋਂ ਵਧੀਆ ਲੀਡਰ ਪੰਜਾਬ ਨੂੰ ਨਹੀਂ ਮਿਲ ਸਕਦਾ। ਸ਼ਿਕਾਗੋ ਤੋਂ ਲੈ ਕੇ ਨਿਊਯਾਰਕ ਦੇ ਹਿਲਟਨ ਤੱਕ ਦਾ ਸਫ਼ਰ ਕਾਂਗਰਸ ਪਾਰਟੀ ਲਈ ਮੁਸ਼ਕਿਲ ਭਰਿਆ ਜ਼ਰੂਰ ਰਿਹਾ, ਕਿਉਂਕਿ ਕਈ ਥਾਵਾਂ 'ਤੇ ਕੈਪਟਨ ਦਾ ਤਿੱਖਾ ਵਿਰੋਧ ਹੋਣ ਦੀਆਂ ਖ਼ਬਰਾਂ 'ਤੇ ਤਸਵੀਰਾਂ ਪੰਜਾਬ ਤੱਕ ਵੀ ਪਹੁੰਚ ਗਈਆਂ। ਬੇਸ਼ੱਕ ਪੁਰਾਣੇ ਸਿਆਸਤਦਾਨ ਹੋਣ ਕਰਕੇ ਕੈਪਟਨ ਪ੍ਰਵਾਸੀਆਂ ਦੇ ਨਾਲ ਕਾਫ਼ੀ ਸਮੇਂ ਤੋਂ ਜੁੜੇ ਹੋਏ ਨੇ, ਪਰ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਵਾਸੀਆਂ ਨੂੰ ਭੁਗਤਾਉਣਾ ਕੈਪਟਨ ਲਈ ਕਾਫ਼ੀ ਚੁਣੌਤੀ ਭਰਿਆ ਰਹਿ ਸਕਦਾ ਹੈ। ਨਿਊਜ਼ ਡੈਸਕ ਤੋਂ ਸ਼ੈਰੀ ਗੌਰਵਾ ਦੇ ਨਾਲ ਗਿਲ ਪ੍ਰਦੀਪ, ਗਲੋਬਲ ਪੰਜਾਬ TV, ਨਿਊਯਾਰਕ।